ਭਾਈ ਰਾਜਾ ਸੀਗਾ, ਉਹਦੇ ਰਾਜੇ ਦੇ ਦੋ ਮੁੰਡੇ ਸੀਗੇ ਅਤੇ ਦੋਨੇ ਮੁੰਡੇ ਤਾਂ ਵੱਜੋ ਪੱਤੇ 'ਤੇ। ਇੱਕ ਮੰਨ ਲਾ ਅੰਨਾਂ ਅਤੇ ਅੱਖੋਂ, ਇੱਕ ਲੱਤੋਂ ਜਮਾਂਦਰੂ ਲੱਤੋਂ ਲੰਗੜਾ ਸੀ। ਉਹ ਰਾਜਾ ਰੋਜ਼ ਰਾਣੀ ਨੂੰ ਪੁੱਛਿਆ ਕਰੇ ਵੀ ਰਾਣੀ ਵੀ ਇਹ ਰਾਜ ਦਾ ਕੀ ਬਣੂ। ਉਹ ਸਮਾਂ ਲੰਘਦਾ ਤੁਰਿਆ ਗਿਆ, ਰਾਣੀ ਵੀ ਸੋਚਾਂ 'ਚ ਪੈ ਗਈ। ਰਾਣੀ ਦੇ ਕੋਲ ਇੱਕ ਬਾਂਦੀ ਸੀ ਜਿਹੜੀ ਮੰਨ ਲਾ ਗੋਲਾ ਬੰਦਾ ਕਰਦੀ ਤੀ ਉਹਦਾ, ਉਹਦੀ ਰਾਏ ਲੈਣ ਲੱਗ ਗਈ ਵੀ ਕਹਿੰਦੇ ਕਿਹੜੇ ਬਾਂਦੀ ਤੂੰ ਸਿਆਣੀ ਹੈ ਵੀ ਸਾਡੇ ਰਾਜ ਦਾ ਕੀ ਬਣੂ। ਉਹ ਕਹਿੰਦੀ ਭੈਣੇ ਜਿਹੜਾ ਰਾਜ ਦੇਣ ਜਾਣਦਾ ਉਹ ਸਾਂਭਣ ਵੀ ਜਾਣਦਾ, ਆਪ ਹੀ ਬਣ ਜੂ। ਕਹਿੰਦੀ ਨਾ ਭੈਣੇ, ਦੋ ਬੱਚੇ ਨੇ, ਦੋਨੀ ਆ ਰਹੀ ਨੇ, ਰਾਜ ਦਾ ਕੀ ਬਣੂ। ਉਹ ਕਹਿੰਦੀ ਭੈਣੇ ਇਹ ਗੱਲ ਦਾ ਜਵਾਬ ਸਵਾ ਮੈਂ ਤੈਨੂੰ ਕਚਹਿਰੀ 'ਚ ਦਿਊਂ। ਕਹਿੰਦੀ ਚੰਗਾ। ਰਾਜੇ ਨੂੰ ਕਹਿੰਦੀ ਵੀ ਮੈਨੂੰ ਬਾਂਦੀ ਨੇ ਇਹ ਗੱਲ ਕਹੀ ਵੀ ਮੈਂ ਜਵਾਬ ਸਵਾ ਕਚਹਿਰੀ 'ਚ ਦਿਊਂ। ਉਹ ਭਾਈ ਰਾਜਾ ਕਹਿੰਦਾ ਕੋਈ ਗੱਲ ਨਹੀਂ, ਉਹਨੇ ਕਚਹਿਰੀ ਲਾ ਲਈ ਰਾਜੇ ਨੇ, ਸੱਦ ਲਈ ਬਾਂਦੀ। ਕਹਿੰਦਾ ਵੀ ਮੈਨੂੰ ਐਂ ਦੱਸੋ, ਸਾਰੀ ਪਰਜਾ ਬੈਠੀ ਹੈ ਵੀ ਰਾਜ ਦਾ ਕੀ ਬਣੂ, ਵੀ ਇੱਕ ਲਾਂਗੜਾ ਹੈ, ਕੰਨਾ ਹੈ, ਜਮਾਂਦਰੂ ਹੈ, ਲੱਤ ਨਹੀਂ। ਉਹ ਕਹਿੰਦਾ ਭਾਈ ਜਿਹੜੀ ਉਹ ਬਾਂਦੀ ਤੀ ਉਹ ਕਹਿੰਦੀ ਜੀ ਕਿਸੇ ਦਾ ਰਹੇ ਹੀ ਨਹੀਂ ਅੱਜ ਤੱਕ, ਕੁਛ ਸਭ ਕੁਛ ਬਣ ਜਾਂਦਾ, ਤੁਸੀਂ ਐਂ ਦੱਸੋ ਵੀ ਤੇਰਾ ਕੀ ਬਣੂ। ਰਾਜੇ ਨੂੰ ਕਹਿੰਦੀ ਤੇਰਾ ਕੀ ਬਣੂ। ਰਾਜਾ ਕਹਿੰਦਾ ਮੇਰਾ ਤਾਂ ਕੀ ਬਣਨਾ, ਮੈਂ ਤਾਂ ਚੱਲ ਜਿੰਨਾ ਚਿਰ ਹੈਗਾ ਰਾਜ ਚਲਾਈ ਜਾਂਦਾ। ਕਹਿੰਦੀ ਜੀ ਇਹ ਵਹਿਮ ਨੇ, ਕਿਸੇ ਦਾ ਕੁਛ ਨਹੀਂ ਰਹਿੰਦਾ, ਸਭ ਕੁਛ ਬਣ ਜੂ। ਤਾਂ ਇੱਕ ਵਾਰ ਰਾਜਾ ਕਹਿੰਦਾ ਵੀ ਮੈਨੂੰ ਇਹ ਦੱਸ ਵੀ ਬਣੂ ਕਿਵੇਂ। ਕਹਿੰਦੀ ਤੁਸੀਂ ਸਾਲ 6 ਮਹੀਨੇ ਪਰਾਂ ਉਹਨਾਂ ਵਗ ਜਾਓ, ਤੁਹਾਨੂੰ ਆਪੀ ਪਤਾ ਲੱਗ ਜੂ। ਰਾਜੇ ਨੇ ਸੋਚਿਆ ਵੀ ਠੀਕ ਹੈ। ਰਾਜੇ ਨੇ ਭਾਈ ਬਿਨਾਂ ਰਾਣੀ ਦੇ ਦੱਸੇ ਤੋਂ ਬਿਨਾਂ, ਸਾਰੇ ਦੇ ਦੱਸੇ ਤੋਂ ਬਿਨਾਂ ਇਕੱਲੀ ਬਾਂਦੀ ਨੂੰ ਦੱਸ ਗਿਆ। ਉਹ ਕਹਿੰਦਾ ਲੈ ਮੈਂ 3 ਮਹੀਨੇ ਨਹੀਂ ਆਉਂਦਾ, ਮੈਂ 3 ਮਹੀਨਿਆਂ 'ਚ ਦੇਖੂ ਵੀ ਰਾਜ ਦਾ ਕੀ ਬਣਿਆ। ਕਹਿੰਦੀ ਚੰਗਾ। ਹੁਣ ਜਿਹੜਾ ਭਾਈ ਲਾਂਗੜਾ ਤੀ ਵਿਚਾਰਾ, ਉਹਦੀ ਮਾਂ ਨੇ ਕੋਲੇ ਸੱਦ ਲਿਆ ਰਾਣੀ ਨੇ। ਕਹਿੰਦੀ ਪੁੱਤ ਤੇਰਾ ਪਿਤਾ ਤੇਰਾ ਪਿੰਡੋਂ ਨਿਕਲ ਗਿਆ ਵੀ ਰਾਜ ਚਲਾ ਸਕਦੇ। ਕਹਿੰਦਾ ਮਾਂ ਜਿਹਦੇ ਕੋਲ ਦੌਲਤ ਆ ਸਭ ਕੁਝ ਚਲਾ ਸਕਦੇ। ਕਹਿੰਦੀ ਮੇਰੇ ਲੱਤ ਹੀ ਨਹੀਂ, ਅਕਲ ਤਾਂ ਹੈਗੀ ਮੈਨੂੰ, ਮੈਂ ਚਲਾਊ। ਕਹਿੰਦੀ ਚੰਗਾ ਚੱਲ ਭਾਈ। ਉਹਨੂੰ ਰਾਜ ਤਿਲਕ ਲਵਾਤਾ ਕੁਛ ਸਮੇਂ ਲਈ। ਅੱਗੇ ਰਾਜੇ ਜਦੋਂ ਜਾਂਦੇ ਕਿਸ ਸਮੇਂ ਲਈ ਰਾਜ ਸੰਭਾਲ ਕੇ ਜਾਂਦੇ ਵੀ ਉਹਨਾਂ ਚਿਰ ਪਰਜਾ ਦੀ ਜ਼ਿੰਮੇਵਾਰੀ ਤੇਰੀ ਹੈ। ਉਹ ਜਦੋਂ ਭਾਈ ਉਹਨੂੰ ਰਾਜ ਤਿਲਕ ਲਵਾਤਾ, ਉਹਨੂੰ 3-4 ਮਹੀਨਿਆਂ ਦਾ ਲਵਾਤਾ ਜਦ ਤੱਕ ਬਾਂਦੀ ਨੇ ਕਿਹਾ ਵੀ ਇੰਨੇ ਚਿਰ ਦਾ ਉਹਨੂੰ ਰਾਜ ਦਿੱਤਾ ਜਾਵੇ। ਅਤੇ ਉਹ ਭਾਈ ਰਾਜ ਸਾਂਭਣ ਲੱਗ ਗਿਆ। ਹੁਣ ਉਹੀ ਗੱਲ, ਪੈਸੇ ਦੀ ਖੇਡ ਹੈ। ਉਹਨੇ ਖਜ਼ਾਨੇ 'ਚੋਂ ਭਾਈ ਜਿਹੜਾ ਕੁਛ ਹੋਇਆ ਕਰੇ ਖਜ਼ਾਨੇ 'ਚੋਂ ਲਿਖ ਕੇ ਦੇ ਦਿਆ ਕਰੇ, ਜਿਹੜਾ ਕੋਈ ਪਰਜਾ ਦਾ ਕਰਨਾ ਹੋਇਆ ਕਰੇ ਜਾਂ ਕੋਈ ਹੋਰ ਕੰਮ ਹੋਇਆ ਕਰੇ, ਉਹਨੇ ਇਕੱਲੀ ਲਿਖਤ ਕਰਨੀ ਅਤੇ ਉਹਨੇ ਲੱਤ ਤੋਂ ਕੀ ਕਰਾਉਣਾ ਸੀ, ਬੈਠਾ ਕਰੀ ਗਿਆ। ਰਾਜ ਚੱਲ ਪਿਆ। 3 ਮਹੀਨੇ ਲੰਘ ਗਏ ਜੋ ਰਾਜਾ ਆ ਗਿਆ 3 ਮਹੀਨਿਆਂ ਪਿੱਛੋਂ। ਜਦੋਂ ਆਉਂਦਾ ਰਾਜਾ ਤੁਰਿਆ ਕਿਤੇ ਬਾਂਦੀ ਜਾਂਦੀ ਆਪਦੇ ਘਰ ਨੂੰ ਰਾਣੀ ਦਾ ਗੋਲਾ ਪਾਉਂਦਾ ਕਰਕੇ, ਰਾਣੀ ਨੂੰ ਬਾਂਦੀ ਨੇ ਬੋਲ ਮਾਰ ਲਿਆ, ਕਹਿੰਦੀ ਜੀ ਮੇਰੇ ਘਰ ਹੀ ਆ ਜਾਓ। ਰਾਜਾ ਮੁੜ ਪਿਆ ਉੱਧਰ ਨੂੰ, ਕਹਿੰਦਾ ਦੱਸ ਭਾਈ ਬਾਂਦੀ ਕੀ ਗੱਲ ਮੈਨੂੰ ਸੱਦਿਆ। ਕਹਿੰਦੀ ਜੀ ਤੁਸੀਂ ਕਹਿੰਦਾ ਤੀ ਵੀ ਮੇਰੇ ਤੋਂ ਬਾਅਦ ਰਾਜ ਦਾ ਕੀ ਬਣੂ। ਕਹਿੰਦੀ ਐਂ ਕਰੋ, ਅੱਜ ਦਾ ਦਿਨ ਮੇਰੇ ਘਰ ਰਹੋ, ਇੱਥੇ ਅੰਦਰ ਬੈਠੇ ਰਹੋ, ਕੱਲ੍ਹ ਨੂੰ ਮੈਂ ਕਹਿ ਕੇ ਕਚਹਿਰੀ ਲਵਾਊਂ, ਤੁਸੀਂ ਕਚਹਿਰੀ 'ਚ ਆਉਣਾ ਮੂੰਹ ਬੰਨ ਕੇ, ਦੇਖੋ ਵੀ ਰਾਜ ਚੱਲਦਾ ਕਿ ਨਾ ਚੱਲਦਾ। ਕਹਿੰਦੀ ਵੀ ਠੀਕ ਹੈ ਭਾਈ। ਰਾਜਾ ਉੱਥੇ ਬੈਠਾ ਰਿਹਾ। ਦੂਜੇ ਦਿਨ ਭਾਈ ਬਾਂਦੀ ਕਹਿੰਦੀ ਵੀ ਐਂ ਕਰੋ,
ਅੱਜ ਦੇ ਦਿਨ ਰਾਜਾ ਕਚਹਿਰੀ ਲਾਉਂਦਾ ਹੁੰਦਾ ਵੀ ਅੱਜ ਕਚਹਿਰੀ ਲਓ, ਆਪਾਂ ਕੁਛ ਮਸਲੇ ਹੱਲ ਕਰਨੇ ਨੇ। ਹੁਣ ਬਣਦੀ ਕਚਹਿਰੀ ਦੇ ਵਿੱਚ ਕੁਰਸੀ ਰਾਈ ਬੈਠੀ ਆ, ਰਾਣੀ ਬੈਠੀ ਆ, ਮੁੰਡਾ ਬੈਠਾ, ਉਹ ਇੰਨਾ ਵੀ ਬੈਠਾ, ਉਹ ਰੈ ਮਸਵਰਾ ਕਰਦੇ ਨੇ, ਅੱਖੋਂ ਉਹਨੇ ਕੰਨੋਂ ਤਾਂ ਸੁਣਦਾ ਉਹਨਾਂ ਨੂੰ। ਜਦੋਂ ਰੈ ਮਸਵਰਾ ਕਰਨ ਲੱਗੇ ਕੋਈ ਗੱਲ ਦਾ, ਉਹਨਾਂ ਕਹਿੰਦਾ ਉਹ ਐਂ ਨਹੀਂ ਐਂ ਲੋਟਾਊ, ਉਹ ਕਹਿੰਦਾ ਤੈਨੂੰ ਜੀਂਦਾ ਨਹੀਂ ਭਾਲਦਾ ਨਹੀਂ ਯਾਰ, ਤੈਨੂੰ ਕੀ ਲੋਟੋ। ਉਹ ਕਹਿੰਦਾ ਉਹ ਗੱਲ ਸੁਣ ਮੇਰੀ, ਤੂੰ ਕਿਹੜਾ ਤੁਰ ਕੇ ਭੱਜ ਕੇ ਜਾ ਕੇ ਰਾਜਾ ਪਰਜਾ ਦੀ ਬਾਂਹ ਫੜਦਾ, ਤੁਰਿਆ ਤਾਂ ਇੱਥੋਂ ਵੀ ਨਹੀਂ ਜਾਂਦਾ, ਤੂੰ ਵੀ ਪੈਸੇ ਦੀ ਰਾਜ ਕਰਦਾ, ਪੈਸੇ ਦੀ ਮੈਂ ਕਰਨੇ। ਕਹਿੰਦਾ ਰਾਜ ਪੈਸੇ ਦਾ, ਅੱਖਾਂ ਦਾ ਨਹੀਂ, ਨਾ ਕਹਿੰਦਾ ਲੱਤ ਦਾ। ਕਹਿੰਦਾ ਵੀ ਗੱਲ ਠੀਕ ਹੈ ਤੇਰੀ। ਕਹਿੰਦਾ ਜੇ ਮੈਨੂੰ ਅੱਖੋਂ ਨਹੀਂ ਦਿੰਦਾ, ਕੰਨੋਂ ਸੁਣਦਾ, ਤੁਹਾਡੀ ਰਾਏ ਸੁਣਦੀ ਆ ਮੈਨੂੰ, ਇਹ ਰਾਏ ਗਲਤ ਹੈ ਜਿਹੜੀ ਤੁਸੀਂ ਕਰੀ ਜਾਂਦੇ ਹੋ। ਉਹ ਕਹਿੰਦਾ ਫਿਰ ਤੂੰ ਸਹੀ ਦੱਸ ਦੇ। ਕਹਿੰਦਾ ਵੀ ਜਦ ਤੱਕ ਪਿਓ ਨਹੀਂ ਆਉਂਦਾ, ਰਾਜਾ ਨਹੀਂ ਆਉਂਦਾ, ਉਹ ਤੱਕ ਰਾਜ ਕਿਸੇ ਦਾ ਨਹੀਂ। ਜਿਹਨੂੰ ਪਿਤਾ ਰਾਜ ਦੇਊਗਾ ਉਹ ਰਾਜ ਦਾ ਮਾਲਕ ਬਣੂ। ਉਹ ਕਹਿੰਦਾ ਵੀ ਠੀਕ ਹੈ, ਰਾਜਾ ਵਿੱਚ ਬੈਠਾ ਸੁਣੀਗਾ ਗੱਲਾਂ। ਉਹ ਕਹਿੰਦਾ ਵੀ ਪਿਤਾ ਦਾ ਕੀ ਪਤਾ, ਹੁਣ ਨਾ ਆਵੇ ਲੰਗੜਾ ਲੰਗੜਾ ਹੰਕਾਰ ਗਿਆ ਨਾ, ਫਿਰ ਪੈਸਾ ਹੰਕਾਰ ਵੀ ਕਰਦਾ, ਬੜਾ ਲੱਤੋਂ ਲੰਗੜਾ ਤੇ। ਉਹ ਕਹਿੰਦਾ ਰਾਜੇ ਦਾ ਕੀ ਪਤਾ ਨਾ ਆਵੇ। ਕਹਿੰਦਾ ਮੇਰੀ ਗੱਲ ਸੁਣ, ਜਾਨਵਰ ਵੀ ਆਲਣ ਨੂੰ ਆਉਂਦਾ, ਕੂਈਆਂ ਪਹਾੜਾਂ 'ਚ ਅੰਡੇ ਧਰ ਕੇ ਆਉਂਦੇ ਨੇ, ਕਹਿੰਦਾ 6 ਮਹੀਨੇ ਪਿੱਛੇ ਜਾ ਕੇ ਬੱਚੇ ਕੱਢਦੀਆਂ ਨੇ, ਉਹ ਨਹੀਂ ਭੁੱਲਦੀਆਂ, ਉਹ ਤਾਂ ਫਿਰ ਵੀ ਰਾਜ ਭਾਗ ਦਾ ਮਾਲਕ ਹੈ। ਕਹਿੰਦਾ ਉਹਦੇ ਆਏ ਬਿਨਾਂ ਫੈਸਲਾ ਨਹੀਂ ਹੁੰਦਾ। ਉਹ ਭਾਈ ਰਾਣੀ ਕਹਿੰਦੀ ਵੀ ਨਹੀਂ ਪੁੱਤ, ਵੀ ਰਾਜੇ ਦਾ ਕੋਈ ਪਤਾ ਨਹੀਂ, ਵੀ ਤੁਸੀਂ ਰਾਜ ਤਿਲਕੇ ਨੂੰ ਸਾਰੀ ਲਈ ਦੇ ਦਿਓ, ਆਪਾਂ ਇਹਨੂੰ ਰਾਜਾ ਬਣਾ ਦਿਓ। ਕਹਿੰਦਾ ਮਾਂ ਮਾਲਕ ਅੱਧ ਤਾਂ ਮੈਂ ਵੀ ਹੈ, ਉਹਨਾਂ ਚੱਕ ਮੈਂ ਨਹੀਂ ਰਾਜ ਦਾ ਤਿਲਕ ਦੇ ਸੈਨ ਲਾਉਂਦਾ ਜਦ ਤੱਕ ਮੇਰਾ ਪਿਓ ਨਹੀਂ ਆਉਂਦਾ। ਰਾਜੇ ਨੇ ਵਿੱਚ ਸੋਚ ਲਿਆ ਬੈਠੇ ਨੇ ਵੀ ਲਾਂਗੜਾ ਵਹਿਵਤੀ ਅੰਨਾ ਤਾਂ ਸਹੀ ਹੈ, ਵੀ ਅੰਨੇ ਨੇ ਇਹ ਗੱਲ ਫੈਸਲਾ ਸਹੀ ਕੀਤਾ ਵੀ ਜਦ ਤੱਕ ਪਿਓ ਨਹੀਂ ਆਉਂਦਾ, ਪਿਓ ਜਿਹਨੂੰ ਮਰਜ਼ੀ ਰਾਜ ਦੇਵੇ। ਚੱਲ ਭਾਈ ਦੂਜੇ ਦਿਨ ਉਹਦੇ ਘਰੋਂ ਆ ਗਿਆ ਰਾਜਾ ਆਪਦੀ ਵਰਦੀ ਪਾ ਕੇ, ਅਤੇ ਬੈਠਾ ਲੰਗੜਾ ਚੰਗਾ ਲਾਇਆ ਤਰੋਤਰ ਰਾਜ ਭਾਗ 'ਤੇ। ਉਹ ਕਹਿੰਦਾ ਭਾਈ ਬੇਟੇ ਮੈਂ ਆ ਗਿਆ, ਛੱਡ ਮੇਰੇ ਲਈ ਕੁਰਸੀ, ਛੱਡਣੀ ਪੈ ਗਈ। ਅੰਨੇ ਨੂੰ ਭਾਈ ਭੜਕਾਉਂਦੀ, ਅੰਨਾ ਕਹਿੰਦਾ ਪਿਤਾ ਆ ਗਿਆ? ਕਹਿੰਦਾ ਹਾਂ ਆ ਗਿਆ। ਕਹਿੰਦਾ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਇੱਕ ਫੈਸਲਾ ਸੁਣ ਲੈ ਮੇਰਾ। ਕਹਿੰਦਾ ਹਾਂ ਮੈਂ ਦੱਸ ਭਾਈ ਕੀ ਫੈਸਲਾ ਹੈ। ਕਹਿੰਦਾ ਇਹ ਕੱਲ੍ਹ ਰਾਜ ਤਿਲਕ ਦਿੰਦੇ ਤੀ ਜੇ ਇਹਨੂੰ ਪਰਜਾ, ਰਾਜ ਇਹਨੂੰ ਆਪਣੇ ਉਹਨੂੰ ਰਾਜੇ ਨੂੰ। ਕਹਿੰਦਾ ਮੈਂ ਇਹ ਗੱਲ ਕਹੀ ਤੀ ਵੀ ਰਾਜ ਤਿਲਕ ਪਿਓ ਦੂਗਾ, ਹੁਣ ਤਾਂ ਫੈਸਲਾ ਦੇਖਣਾ ਵੀ ਰਾਜ ਤਿਲਕ ਕਿਹਨੂੰ ਦੇਣਾ, ਕਿਵੇਂ ਦੇਣਾ, ਕਿਹੜੇ ਢੰਗ ਨਾਲ ਦੇਣਾ। ਉਹ ਕਹਿੰਦਾ ਤਿੰਨ ਚੀਜ਼ਾਂ ਰੱਖਣੀਆਂ ਨੇ ਲੜ ਬੰਨ ਕੇ, ਵੀ ਇੱਕ ਤਾਂ ਬੰਦਾ ਹੋਵੇ ਠੰਡੇ ਮਤੇ ਦਾ, ਅੰਦਰ ਹਾਜ਼ਮਾ ਹੋਵੇ, ਦੂਜੀ ਬੰਦੇ ਨੂੰ ਅਕਲ ਹੋਵੇ, ਠੀਕ ਹੈ, ਤੀਜੀ ਬੰਦੇ ਨੂੰ ਹੰਕਾਰ ਨਾ ਹੋਵੇ। ਇਹ ਤਿੰਨੇ ਗੱਲਾਂ ਤੋਂ ਬਾਰਵਾਂ ਤੋਂ ਪੱਕਾ ਜਿਹਨੂੰ ਉਹਨੂੰ ਰਾਜ ਤਿਲਕ ਦੇਈ, ਜੇ ਮੈਨੂੰ ਵੀ ਨਹੀਂ ਦੇਣੀ ਇਹਨੂੰ ਵੀ ਨਹੀਂ ਦੇਣਾ, ਜਿਹਨੂੰ ਮਰਜ਼ੀ ਰਾਜ ਤਿਲਕ ਦੇਈ, ਪਰ ਦੇਈ ਉਹਨੂੰ ਜਿਹੜਾ ਤਿੰਨੇ ਚੀਜ਼ਾਂ ਦਾ ਪੂਰਾ ਹੋਇਆ। ਕਹਿੰਦਾ ਵੀ ਚੰਗਾ ਰਾਜਾ ਭਾਈ। ਰਾਤ ਨੂੰ ਸੋਚਾਂ 'ਚ ਪੈ ਗਿਆ, ਉਹਨੇ ਸੋਚਿਆ ਵੀ ਯਾਰ ਆਪਾਂ ਰਾਜ ਤਿਲਕੀ ਉਹਨੇ ਨੂੰ ਦੇ ਦਿੰਦੇ। ਉਹ ਕਹਿੰਦਾ ਵੀ ਐਂ ਕਰਾਂ, ਰਾਣੀ ਨੂੰ ਕਹਿੰਦਾ ਵੀ ਆਪਾਂ ਰਾਜ ਤਿਲਕ ਇਹਨੇ ਨੂੰ ਦੇ ਦਿੰਦੇ। ਉਹ ਕਹਿੰਦੀ ਜੀ ਦੀਂਦਾ ਨਹੀਂ ਭਾਲਦਾ ਨਹੀਂ, ਉਹ ਰਾਜ ਕਿਵੇਂ ਚਲਾ ਦੂੰ। ਬਾਂਦੀ ਗੱਲਾਂ ਸੁਣ ਰਹੀ ਤੀ ਉਹਨਾਂ ਦੀਆਂ ਦੋਨਾਂ ਦੀਆਂ, ਬਾਂਦੀ ਉਹਨਾਂ ਦੇ ਹੱਕ 'ਚ ਤੀ। ਦੇਖ ਵੀ ਲਿਆ
ਦੇ ਕਿੱਥੇ ਰੁਕ ਗਿਆ ਕਿ ਮੋਬਾਈਲ ਖੜ ਗਿਆ ਬਾਂਦੀ ਉਹਦੇ ਹੱਕ 'ਚ ਤੀ ਭਾਈ ਅੰਨੇ ਦੇ ਵੀ ਰਾਜ ਤਿਲਕੇ ਉਹਨੂੰ ਮਿਲਣਾ ਚਾਹੀਦਾ ਅਤੇ ਜਦੋਂ ਸੁਣ ਰਹੀ ਤੀ ਉਹਨੇ ਜਾ ਕੇ ਇਹਨੂੰ ਗੱਲ ਦੱਸੀ ਵੀ ਕਹਿੰਦੀ ਬੇਟੇ ਕਹਿੰਦਾ ਹਾਂ ਦੱਸ ਹੁਣ ਉਹ ਬਾਂਦੀ ਨੂੰ ਵੀ ਮਾਤਾ ਕਹਿੰਦਾ ਤੀ ਕਹਿੰਦਾ ਦੱਸ ਮਾਤਾ ਕੀ ਗੱਲ ਹੈ ਕਹਿੰਦੀ ਰਾਜ ਤਿਲਕੇ ਜੇ ਤੈਨੂੰ ਮਿਲ ਗਿਆ ਰਾਜ ਚਲਾਉਣਾ ਆਉਂਦਾ ਕਹਿੰਦਾ ਮਾਤਾ ਮੈਂ ਤਾਂ ਖੁੰਨ ਹੈ ਇਕੱਲਾ ਮੈਨੂੰ ਦੀਂਦੇ ਹੀ ਨਹੀਂ ਕਹਿੰਦੀ ਹਾਂ ਕਹਿੰਦਾ ਮੈਂ ਤੁਰ ਕੇ ਤਾਂ ਜਾ ਸਕਦਾ ਨਾ ਜੇ ਮੈਨੂੰ ਕੋਈ ਸਹਾਰਾ ਦੇਵੇ ਮੈਂ ਤੁਰ ਕੇ ਜਾ ਸਕਦਾ ਉਹਨੂੰ ਦੀਂਦਾ ਜ਼ਰੂਰ ਹੈ ਪਰ ਉੱਥੇ ਤੱਕ ਹੀ ਦਿਸੂ ਉਹਨੂੰ ਜਿੱਥੇ ਤੱਕ ਉਹਦੀ ਨਿਗਾਹ ਜਾਂਦੀ ਹੈ ਗਾਹਾਂ ਨਹੀਂ ਉਹ ਜਾ ਕੇ ਦੇਖ ਸਕਦਾ ਮੈਨੂੰ ਜੇ ਦੀਂਦਾ ਨਹੀਂ ਮੈਂ ਤੁਰ ਵੀ ਸਕਦਾ ਹਾਂ ਸਵਾਰੀ ਦੇ ਹਿਸਾਬ ਨਾਲ ਅਤੇ ਪਰ ਕਹਿੰਦਾ ਉਹ ਰਾਜ ਤਿਲਕ ਮੈਂ ਸਾਂਭ ਲੂੰ ਪਰ ਇੱਕ ਗੱਲ 'ਤੇ ਸ਼ਰਤ ਲਾ ਕੇ ਸਾਂਭੂ ਉਹ ਕਹਿੰਦੀ ਕਿਵੇਂ ਕਹਿੰਦਾ ਵੀ ਜਦੋਂ ਮੈਨੂੰ ਰਾਜ ਦੇਣਗੇ ਮੈਂ ਪਰਜਾ ਦੀ ਰਾਇ ਨਾਲ ਰਾਜ ਲੂੰ ਆਪਦੀ ਮਰਜ਼ੀ ਨਾਲ ਨਹੀਂ ਲੈਂਦਾ ਕਹਿੰਦੀ ਚੰਗਾ ਰਾਜੇ ਨੇ 8 ਦਿਨ ਦਿੱਤੇ ਭਾਈ ਕਹਿੰਦਾ ਵੀ 8 ਦਿਨ ਅੱਜ ਤੋਂ 8ਵੇਂ ਨੂੰ ਆਪਾਂ ਰਾਜਾ ਤਿਲਕ ਦੇਵਾਂਗੇ ਭਾਈ ਜਿਹਨੂੰ ਮੈਨੂੰ ਲੋਟ ਲੱਗੂ ਲਾਂਗੜੇ ਨੇ ਫੇਰ ਲਿਆ ਮੁੱਛਾਂ 'ਤੇ ਹੱਥ ਹੋ ਗਿਆ ਕੈਮ ਲਾ ਗਿਆ ਠਿਪਟੀਆਂ ਬੰਨਣ ਵੀ ਰਾਤ ਆਪਾਂ ਨੂੰ ਆਊ ਵੀ ਉਹ ਤਾਂ ਨੇ ਅਤੇ ਬੈਠੇ ਕੁਰਸੀਆਂ ਦੇ ਉੱਤੇ ਜਦੋਂ ਦਿਨ ਆ ਗਿਆ ਰਾਜ ਦੇਣ ਦਾ ਤਿਲਕ ਲਾਉਣ ਦਾ ਅੱਗੇ ਘਰ 'ਚ ਪੱਲੂ ਪਾ ਕੇ ਰਾਜਾ ਰਾਜ ਦਿੰਦਾ ਦੂਜੇ ਨੂੰ ਜਾਣੀ ਕਿ ਆਪ ਛੋਟਾ ਹੋ ਕੇ ਨੀਵਾਂ ਹੋ ਕੇ ਉਹ ਭਾਈ ਮੁੰਡੇ ਨੂੰ ਉਹ ਕਹਿੰਦਾ ਵੀ ਬਹਿ ਜਾਓ ਭਾਈ ਸਾਰੀ ਪਰਜਾ ਬੈਠ ਗਈ ਅਤੇ ਉਹ ਜਿਹੜਾ ਅੰਨਾ ਤੀ ਕੋਣ ਦੀਂਦਾ ਨਹੀਂ ਤੀ ਉਹਦੇ ਥੱਲੇ ਲਾਂਗੜੇ ਨੇ ਕੁਰਸੀ ਖਿੱਚਤੀ ਆ ਮਹਿੰਦੀ 'ਤੇ ਉਹ ਥੱਲੀ ਬਹਿ ਗਿਆ ਉਹਨੇ ਸਿਆਹਤ ਖੇਡੀ ਉਹ ਰਾਜਾ ਨੇ ਵੀ ਸਿਆਹਤ ਖੇਡੀ ਫਿਰ ਰਾਜੇ ਦੀ ਅੱਖ ਦੀ ਵਿੱਚ ਉਹ ਬਾਂਦੀ ਖੜੀ ਹੋ ਕੇ ਕਹਿੰਦੀ ਰਾਜਨ ਸਾਹਿਬ ਇੱਕ ਮੇਰੀ ਬੇਨਤੀ ਸੁਣ ਲਿਓ ਰਾਜ ਤਿਲਕ ਦੇ ਫੈਸਲੇ ਤੋਂ ਪਹਿਲਾਂ ਕਹਿੰਦਾ ਦੱਸੋ ਕਹਿੰਦੀ ਹੁਣ ਨਿਗਾਹ ਮਾਰ ਲਓ ਵੀ ਸਭ ਤੋਂ ਨੀਵਾਂ ਕੌਣ ਹੈ ਫਸ ਗਿਆ ਲੰਗੜਾ ਆਪਦੇ ਆਪ ਹੀ ਕਿ ਉਹਦੀ ਕੁਰਸੀ ਖਿੱਚੀ ਉਹਨੂੰ ਫਾਇਦਾ ਕਰ ਗਈ ਉਹ ਕਹਿੰਦਾ ਸਭ ਤੋਂ ਨੀਵਾਂ ਤਾਂ ਅੰਨਾ ਕਹਿੰਦੀ ਫਿਰ ਬਸ ਨੀਵੇਂ ਨੂੰ ਰਾਜ ਮਿਲਣਾ ਚਾਹੀਦਾ ਤਿੰਨੇ ਗੱਲਾਂ ਦਾ ਪੂਰਨ ਇਹ ਜਿਹੜੀਆਂ ਤਾਂ ਕਰੀਆਂ ਨੇ ਤਿੰਨੇ ਗੱਲਾਂ ਦਾ ਪੂਰਨ ਇਹ ਕਹਿੰਦਾ ਵੀ ਠੀਕ ਹੈ ਉਹ ਕਹਿੰਦਾ ਉਹਨੇ ਭਾਈ ਕਹਿਤਾ ਕਹਿੰਦਾ ਵੀ ਰਾਜ ਆ ਭਾਈ ਇਹ ਅੰਨੇ ਮੁੰਡੇ ਦਾ ਲੰਗੜਾ ਭਾਈ ਹੋ ਗਿਆ ਪਰੇਸ਼ਾਨ ਵੀ ਰਾਤ ਤਾਂ ਗਿਆ ਹੱਥ 'ਚੋਂ ਉਹ ਕਹਿੰਦਾ ਪਿਤਾ ਮੇਰੀ ਵੀ ਅਰਜ਼ ਸੁਣ ਲੈ ਕਹਿੰਦਾ ਹਾਂ ਭਾਈ ਤੂੰ ਦੱਸ ਦੇ ਕਹਿੰਦਾ ਰਾਜ ਤਾਂ ਇਹਨੂੰ ਦੇਤਾ ਫਿਰ ਮੈਂ ਕੀ ਕਰੂੰ ਕਹਿੰਦਾ 3 ਮਹੀਨੇ ਤਾਂ ਕੀ ਕਰਿਆ ਤੀ 3 ਮਹੀਨੇ ਕੀ ਕਰਿਆ ਰਾਜ ਹੀ ਕਰਿਆ ਤੈਂ ਕਹਿੰਦਾ ਹਾਂ ਕਹਿੰਦਾ ਉਦੋਂ ਕੀ ਕਰ ਲਿਆ ਇਹੋ ਜਿਹੇ ਕੁਛ ਸੁਣਿਆ ਕਰੂਗਾ ਅਤੇ ਉਹ ਕਹਿੰਦਾ ਉਹ ਐਂ ਕਰ ਉਹਨੂੰ ਕਹਿੰਦਾ ਕਹਿੰਦਾ ਮੈਂ ਰੌਲਾ ਪਾ ਨਹੀਂ ਪਾਉਂਦਾ ਰਾਜ ਸਾਹਮਣਾ ਤੂੰ ਸਾਂਭ ਲੈ ਮੈਨੂੰ ਕੋਈ ਅੱਡਾ ਨਹੀਂ ਪਰ ਕਹਿੰਦਾ ਮੈਂ ਉਹ 2 ਪਰਮਾਂ ਦਾ ਪੱਕਾ ਚਾਹੀਦਾ ਕਹਿੰਦਾ ਕਿਵੇਂ ਕਹਿੰਦਾ ਇੱਕ ਤਾਂ ਮੈਨੂੰ ਚਾਹੀਦਾ ਤੂੰ ਤੇਰੇ 'ਚ ਹੰਕਾਰ ਨਹੀਂ ਆਉਣਾ ਚਾਹੀਦਾ ਹੰਕਾਰ ਤਾਂ ਤੂੰ ਭਰਿਆ ਹੋਇਆ ਕਹਿੰਦਾ ਕਿਉਂ ਕਹਿੰਦਾ ਜਦੋਂ ਰਾਜ ਤੀ ਤੇਰੇ ਲੱਤ ਤਾਂ ਹੈਣੀ ਜਦੋਂ ਤੇਰੇ ਕੋਲ ਰਾਜ ਤੀ ਕਹਿੰਦਾ ਜਿੱਥੇ ਤੱਕ ਇੱਕ ਨਿਗਾਹ ਜਾਂਦੀ ਤੀ ਉੱਥੇ ਤੱਕ ਤੈਨੂੰ ਚਾਓ ਰਹਿੰਦਾ ਤੀ ਵੀ ਹਾਂ ਹਾਂ ਮੈਂ ਅੱਜ ਮਾਲਕ ਅੱਜ ਮੈਂ ਹਾਂ ਮਾਲਕ ਕਹਿੰਦਾ ਮੈਨੂੰ ਰਾਜ ਨਹੀਂ ਦਿੰਦਾ ਨਾ ਮੈਨੂੰ ਹੰਕਾਰ ਆ ਵੀ ਜਦ ਤਾਂ ਕਹਿੰਦਾ ਤੂੰ ਬਣਾ ਲਾ ਦੋਨੇ ਅੱਖਾਂ ਰਾਜ ਤੂੰ ਕਰ ਲੈ
ਜਿਹਨੂੰ ਦੀਦਾ ਕਹਿੰਦਾ ਉਹ ਰਾਜ ਨਹੀਂ ਕਰ ਸਕਦਾ ਫਿਰ ਆਪਣੇ 'ਚੋਂ ਦੋਨਾਂ 'ਚੋਂ। ਕਹਿੰਦਾ ਕਿਉਂ? ਕਹਿੰਦਾ ਆਪਾਂ ਦੋਨੇ ਨਹੀਂ ਕੰਮ ਦੇ ਹੰਕਾਰੀ ਹੈ। ਉਹ ਭਾਈ ਰਾਜੇ ਨੂੰ ਕਹਿੰਦਾ ਜੀ ਰਾਜੇ ਨੂੰ ਦੇਣਾ ਹੀ ਹੁੰਦੇ ਦਿਓ, ਪਰ ਰਾਜੇ ਤੋਂ ਚੱਲਦਾ ਨਹੀਂ। ਕਹਿੰਦਾ ਕਿਉਂ? ਕਹਿੰਦਾ ਰਾਜ ਉਹਨੂੰ ਚਾਹੀਦਾ ਜਿਹੜਾ ਬੰਦਾ ਨੀਵੀਂ ਪਾਉਣ ਜਾਣਦਾ, ਇਹ ਤਾਂ ਗੜਾ ਚੱਕਦਾ। ਹੁਣ ਕਹਿੰਦਾ ਮੇਰੀ ਤਾਂ ਨੀਵੀਂ ਸਦਾ ਪਈ ਹੋਈ ਹੈ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਕਿਹੜਾ ਦਿੰਦਾ? ਜੇ ਮੈਨੂੰ ਕੋਈ ਚੀਜ਼ ਦਿਸੂਗੀ ਫਿਰ ਹੀ ਹੰਕਾਰ ਕਰੂੰ ਨਾ ਮੈਂ, ਜਦੋਂ ਮੈਨੂੰ ਕੋਈ ਦੀਦੀ ਨਹੀਂ ਦੀ ਹੰਕਾਰ ਕਾਹਦਾ ਕਰੂੰ ਮੈਂ। ਵੀ ਸਾਰੀ ਪਰਜਾ ਨੇ ਹਾਂ ਕਰਤੀ ਵੀ ਹਾਂ ਰਾਜ ਭਾਈ ਉਹਨੇ ਨੂੰ ਹੋਣਾ ਚਾਹੀਦਾ। ਰਾਜੇ ਨੇ ਭਾਈ ਰਾਜ ਲਿਖਤਾ, ਤਿਲਕ ਲਾਤਾ ਅੱਗੇ ਮੰਨ ਕੇ ਚਲ ਰਾਜ ਤਾਂ ਚੜ੍ਹਾਉਂਦੇ ਹੁੰਦੇ ਸਿਰ 'ਤੇ ਰਾਜੇ, ਰਾਜ ਚੜ੍ਹਾਉਣ ਲੱਗੇ ਜਦੋਂ ਉਹਨੇ ਆਖਿਆ ਵੀ ਉਹਨੇ ਨੂੰ ਕਿਹੜਾ ਦੀਦਾ ਵੀ ਮੈਂ ਆਪਦਾ ਸਿਰ ਮੂਹਰੇ ਕਰਦਾ ਵੀ ਰਾਜ ਤਾਜ ਮੇਰੇ 'ਤੇ ਲੱਗਜੂ ਵੀ ਅੱਧ ਦਾ ਮਾਲਕ ਬਣ ਜੂ। ਉਹਨੇ ਨੂੰ ਜੇ ਦੀਦਾ ਨਹੀਂ ਸੀ ਵਿੜਕ ਤਾਂ ਵੱਧਦੀ ਨਾ। ਜਦੋਂ ਐ ਸਮਝ ਲਿਆ ਉਹਨੇ ਦੇਖਿਆ ਵੀ ਇਹ ਹੱਥ ਕਰਦਾ ਇਹ ਮੇਰੇ ਕਿੰਨੀ, ਇਹਨੇ ਨੇ ਤਾਂ ਹੱਥ ਫੜ ਲਿਆ। ਉਹ ਕਹਿੰਦਾ ਪਿਤਾ, ਕਹਿੰਦਾ ਹਾਂ, ਕਹਿੰਦਾ ਤੁਸੀਂ ਰਾਜ ਤਿਲਕ ਤਾਂ ਮੇਰੇ ਲਾਈ ਜਾਂਦੇ, ਮੇਰੇ ਚੁੰਡੀਆਂ ਕੋਲ ਵੜਦਾ ਮਗਰ ਬੈਠਾ। ਪਰਜਾ ਕਹਿੰਦੀ ਵੀ ਤੂੰ ਇਹਦੇ ਚੁੰਡੀਆਂ ਕੋਲ ਵੜਦੇ? ਉਹ ਵੀ ਖੜਾ ਹੋ ਗਿਆ ਲੰਗੜਾ, ਕਹਿੰਦਾ ਮੈਂ ਚੁੰਡੀ ਨਹੀਂ ਵੜਦਾ, ਮੈਂ ਰਾਜ ਤਾਜ ਲਾਉਂਦਾ ਤੀ ਆਪਦੇ ਸਿਰ ਨੂੰ, ਪਰ ਕਹਿੰਦਾ ਇਹ ਹਿਸ਼ਿਆਰ ਹੈ, ਦੇ ਦੇ ਉਹਨੂੰ ਰਾਜ। ਦੇਤਾ ਵੀ ਰਾਜ, ਥੋੜ੍ਹਾ ਕਹਿੰਦਾ ਟਾਈਮ ਲੰਘਿਆ ਜਦੋਂ। ਹੁਣ ਰਾਜ ਕਾਹਦਾ ਗਾ? ਦੌਲਤ ਦਾ, ਪੈਸੇ ਦਾ। ਜੇ ਤੇਰੇ ਕੋਲ ਪੈਸੇ ਆ ਤੂੰ ਰਾਜ ਹੈ, ਜੇ ਤੇਰੇ ਕੋਲ ਕੁਛ ਹੈ ਨਹੀਂ ਬੁਖਾਰੀ ਹੈ। ਉਹ ਭਾਈ ਥੋੜ੍ਹਾ ਕਹਿੰਦਾ ਟਾਈਮ ਲੰਘਿਆ। ਹੁਣ ਸਿਆਣੇ ਕਹਿੰਦੇ ਨੇ ਇਹ ਕਹਾਵਤ ਹੈ, ਹੁਣ ਲਾਂਗੜੇ ਲੁੰਜਾ ਗੰਜਾ ਇਹਦੇ 'ਚ ਬਾਬਤ ਵੱਧ ਹੁੰਦੀ ਹੈ, ਉਹਦੇ 'ਚ ਦੋ ਰੱਗ ਵੱਧ ਤੀ, ਉਹਦੇ ਖਜ਼ਾਨਾ ਚੋਰੀ ਕਰਾਤਾ ਲਾਂਗੜੇ ਨੇ। ਵੀ ਜਿਹਦੇ ਕੋਲ ਕਸੂ ਫੇਰ ਹੀ ਰਾਜ ਚਲਾਊ, ਖਜ਼ਾਨਾ ਚੋਰੀ ਕਰਾਤਾ ਜਦੋਂ। ਉਹ ਭਾਈ ਬਾਂਦੀ ਦੇਖਦੀ ਤੀ ਸਾਰਾ ਕੁਛ, ਬਾਂਦੀ ਨੇ ਇਹਨੇ ਕੋਲ ਗਈ, ਕਹਿੰਦੀ ਬੇਟੇ, ਕਹਿੰਦਾ ਹਾਂ ਮਾਤਾ, ਕਹਿੰਦੀ ਖਜ਼ਾਨਾ ਚੋਰੀ ਹੋ ਗਿਆ, ਰਾਜ ਕਾਹਦੇ ਸਿਰ 'ਤੇ ਚਲਾਵੇਂਗਾ? ਉਹ ਕਹਿੰਦਾ ਕੋਈ ਨਾ ਮਾਤਾ ਤੂੰ ਘਬਰਾ ਨਾ, ਰਾਜ ਕਹਿੰਦਾ ਖਜ਼ਾਨੇ 'ਤੇ ਵੀ ਨਹੀਂ ਚੱਲਦਾ, ਰਾਜ ਦਿਮਾਗ ਨਾਲ ਵੀ ਚੱਲਦਾ। ਕਹਿੰਦੀ ਚੰਗਾ। ਦੂਜੇ ਦਿਨ ਉਹਨੇ ਕਚਹਿਰੀ ਲਾਈ, ਹੁਣ ਮੌਕੇ ਦਾ ਰਾਜਾ ਹੈ। ਜਦੋਂ ਦੂਜੇ ਦਿਨ ਕਚਹਿਰੀ ਲਾਈ ਮੌਕੇ ਦਾ ਉਹ ਰਾਜਾ ਹੈ, ਉਹਨੇ ਆਰਡਰ ਦੇਤਾ ਵੀ ਮੇਰਾ ਭਜਾਈ ਖਜ਼ਾਨ ਕੀ ਆ ਭਾਈ, ਅੱਜ ਤੋਂ ਜੋ ਕੋਈ ਪੈਸਾ ਟਕਾ ਵਰਤਣਾ ਮੇਰਾ ਭਰਾ ਵਰਤੂਗਾ, ਰਾਜ ਮੈਂ ਚਲਾਊ ਅਤੇ ਦੇਣ ਲੈਣ ਇਹ ਕਰੂੰ। ਹੁਣ ਜਦੋਂ ਉਹਨੇ ਦੇਣ ਲੈਣ ਲਿਖਤਾ ਉਹ ਖਜ਼ਾਨਾ, ਉਹਨੂੰ ਪੂਰਾ ਕਰਨਾ ਪਊ। ਹੁਣ ਭਾਈ ਉਹ ਕਹਿੰਦੇ ਵੀ ਹਾਂ ਠੀਕ ਹੈ ਮਨਜ਼ੂਰ ਹੈ। ਜਦੋਂ ਮਨਜ਼ੂਰ ਕਹਿਤਾ ਉਹਨੇ, ਉਹ ਕਹਿੰਦਾ ਭਾਈ ਐਂ ਕਰੋ, ਬਾਂਦੀ ਨੂੰ ਕਹਿੰਦਾ ਮਾਤਾ, ਕਹਿੰਦਾ ਹੁਣ ਮੈਂ ਲਿਖਤਾ ਦਿੱਤਾ, ਹੁਣ ਤੂੰ ਇਹਦੇ 'ਚ ਗੌਰ ਰੱਖੀ, ਮੈਨੂੰ ਤਾਂ ਦਿਖ ਦੀਦਾ ਨਹੀਂ। ਕਹਿੰਦੀ ਪੁੱਤ ਮੈਂ ਗੌਰ ਰੱਖੂੰਗੀ, ਜਦੋਂ ਕੋਈ ਗੱਲ ਹੋਊ ਮੈਂ ਤੇਰਾ ਤੈਨੂੰ ਸਿਹਾਰਾ ਮਾਰੂੰ। ਕਹਿੰਦਾ ਸਿਹਾਰਾ ਕਿ ਮੈਨੂੰ ਦਿਸੂ? ਕਹਿੰਦੀ ਮੈਂ ਤੇਰੇ ਚੁੰਡੀ ਵੱਢੂ ਜਾਂ ਤੇਰੇ ਕੁਛ ਕਰੂੰਗੀ, ਅਤੇ ਤੂੰ ਉਦੋਂ ਗੌਰ ਰੱਖੀ ਵੀ ਸਿਹਾਰੀ ਖੇਡਦਾ। ਕਹਿੰਦਾ ਚੰਗਾ। ਉਹਨੇ ਨੂੰ ਕਹਿੰਦੇ ਹੁੰਦੇ ਨੇ ਵੀ ਅਕਲ ਥੋੜ੍ਹੀ ਜਿਹੀ ਵੱਧ ਹੁੰਦੀ ਹੈ, ਜੱਖਾਂ ਦਾ ਨਾ 'ਚ, ਪਰ ਉਹਨੂੰ ਰੱਬ ਵੱਲੋਂ ਅਕਲ ਵੱਧ ਹੁੰਦੀ ਹੈ। ਉਹ ਕਹਿੰਦੀ ਭਾਈ, ਜਦੋਂ ਉਹਨੇ ਸੋਚਿਆ ਵੀ ਅੱਜ ਮੈਂ ਫਲਾਣੇ ਦਾ ਕੁਛ ਆਹ ਕਰਨਾ, ਉਹਨੇ ਆਰਡਰ ਦਿੱਤਾ ਰਾਜੇ ਨੇ, ਅੰਨੇ ਨੇ, ਕਹਿੰਦਾ ਆਪਦੇ ਭਾਈ ਨੂੰ, ਕਹਿੰਦਾ ਵੀ ਖਜ਼ਾਨੇ 'ਚ ਇੰਨੀ ਰਕਮ ਲੈ ਕੇ ਇੰਨੇ ਤਬੇਲੇ 'ਚ ਘੋੜੇ ਬੰਨ ਦੇ। ਹੁਣ ਖਜ਼ਾਨੇ 'ਚ ਰਕਮ ਨਾ, ਉਹ ਕਹਿੰਦਾ ਵੀ ਖਜ਼ਾਨੇ 'ਚ ਰਕਮ ਤਾਂ ਹੈ ਨਹੀਂ। ਕਹਿੰਦਾ ਮੈਨੂੰ ਕੀ ਪਤਾ, ਮੈਂ ਕਿਹੜਾ ਖਜ਼ਾਨਾ ਦੇਖਿਆ ਜਾਂ ਮੈਂ ਕਿਹੜਾ ਖਜ਼ਾਨਾ ਦੇਖਣ ਜਾਣਦਾ, ਜਦੋਂ ਮੈਨੂੰ ਦਿੰਦੀ ਨਹੀਂ, ਮੈਂ ਤਾਂ ਆਰਡਰ ਮਾਰਨਾ, ਆਰਡਰ ਤੈਨੂੰ ਮਾਰਤਾ ਘੋੜੇ ਲਿਆ। ਉਹਨੇ ਭਾਈ ਜਿਹਨੂੰ ਚੋਰੀ ਕਰਾਈ ਤੀ ਉਹਨੂੰ ਗੱਲ ਕਰੀ ਵੀ ਮੇਰੀ ਰਕਮ ਮੋੜ ਭਾਈ, ਮੈਂ ਘੋੜੇ ਲਿਆਉਣੇ ਨੇ। ਉਹ ਕਹਿੰਦਾ ਵੀ ਇੱਕ ਹੀ ਸਾ ਰੱਖੂ, ਦੋ ਹਿੱਸੇ ਮੋੜੂ। ਕਹਿੰਦਾ ਵੀ ਠੀਕ ਹੈ। ਉਹਨੇ ਭਾਈ ਇੱਕ ਹੀ ਸਾ ਰੱਖ ਲਿਆ, ਦੋ ਹਿੱਸੇ ਨੂੰ ਮੋੜਤੀ,
ਉਹਨੇ ਘੋੜੇ ਲਿਆ ਕੇ ਬੰਨਤੇ ਤਬੇਲੇ 'ਚ। ਹੁਣ ਉਹਨੇ ਬੰਨਤੀ ਨਾ ਤਾਂ ਫੇਰ ਮਾਰੀ ਕੂਣੀ ਵੀ ਘੋੜੇ ਆ ਗਏ, ਖਜ਼ਾਨਾ ਖਾਲੀ ਹੈ, ਘੋੜੇ ਆਏ ਕਿੱਥੋਂ ਨੇ। ਉਹਨੇ ਬੰਦੀ ਨੂੰ ਫੇਰ ਲਾਤਾ, ਕਹਿੰਦਾ ਕੋਈ ਨਾ। ਦੂਜੇ ਦਿਨ ਕਚਹਿਰੀ ਫੇਰ ਲਾ ਲਈ, ਕਹਿੰਦਾ ਵੀ ਰਾਣੀ ਆਪਦੀ ਮਾਂ ਨੂੰ ਕਹਿੰਦਾ ਮਾਤਾ ਉਰੇ ਆ, ਕਹਿੰਦੀ ਹਾਂ, ਕਹਿੰਦਾ ਦੇਖ ਕੇ ਵੀ ਤਬੇਲੇ 'ਚ ਘੋੜੇ ਆਏ ਨੇ ਕਿਵੇਂ, ਕਹਿੰਦੇ ਨੇ ਉਹ, ਕਹਿੰਦੀ ਭਾਈ ਆਏ ਨੇ ਮੈਂ ਦੇਖੇ ਨੇ, ਕਹਿੰਦਾ ਭਾਈ ਨਕਦਾਂ ਦੇ ਆਏ ਨੇ ਕਧਾਰ ਲਿਆ, ਕਹਿੰਦਾ ਨਕਦਾਂ ਦੇ ਲਿਆ, ਕਹਿੰਦਾ ਪੈਸਾ ਕਿੱਥੋਂ ਆਇਆ, ਖਜ਼ਾਨਾ ਤਾਂ ਖਾਲੀ ਤੀ, ਕਹਿੰਦਾ ਤੈਂ ਕੀ ਦੇਖਿਆ, ਕਹਿੰਦਾ ਦੇਖਿਆ ਨਹੀਂ ਮੇਰੇ ਦੇਖਣ ਵਾਲੇ ਸੱਡੇ ਹੋਏ ਨੇ, ਮੈਨੂੰ ਦੱਸਿਆ। ਉਹਨੇ ਆਖਿਆ ਵੀ ਇਹਨੂੰ ਕੌਣ ਦੱਸਣ ਵਾਲਾ, ਉਹਨੂੰ ਆਪਦੀ ਮਾਂ 'ਤੇ ਸ਼ੱਕ ਹੋ ਗਈ। ਉਹ ਕਹਿੰਦਾ ਮਾਂ, ਕਹਿੰਦੇ ਹਾਂ, ਕਹਿੰਦਾ ਤੂੰ ਤਾਂ ਮੈਨੂੰ ਜਮਾਂ ਬੁਖਾਰੀ ਬਣਾ ਦੇਂਗੀ, ਰਾਜ ਇਹਦੇ ਕੋਲ ਆ ਸਾਰਾ ਕੁਛ ਇਹਦੇ ਕੋਲ ਖੁਣ, ਜੇ ਕਹਿੰਦਾ ਮੈਂ ਕੁਛ ਮਾੜਾ ਮੋਟਾ ਆਪਦੇ ਘਰ ਲਈ ਕਰਦਾ ਕੁਛ, ਉਹ ਤੂੰ ਨਹੀਂ ਕਰਨ ਦੀ, ਤੁਸੀਂ ਐਡੀ ਕਰਦੀ ਹੈ। ਉਹ ਕਹਿੰਦੀ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ। ਉਹਨੇ ਭਾਈ ਚਾਰ ਕਦਮ ਲੰਘੇ, ਉਹਨੇ ਫੇਰ ਲਾ ਲਈ ਕਚਹਿਰੀ, ਕੋ ਬਾਂਦੀ ਕਰ ਰਹੀ ਤੀ ਸਾਰਾ ਕੁਛ, ਬਾਂਦੀ ਨੂੰ ਦਿੰਦਾ ਤੀ, ਕਚਹਿਰੀ ਲਵਾ ਲਈ। ਬਾਂਦੀ ਨੇ ਕਹਿ ਵੀ ਤੂੰ ਕਚਹਿਰੀ ਲਾ, ਵੀ ਕਚਹਿਰੀ ਦੇ ਵਿੱਚ ਇਹ ਗੱਲ ਕਹੀ ਵੀ ਭਾਈ ਪਰਜਾ ਕੋਈ ਵੀ ਦੁਖੀ ਹੈ, ਕਿਸੇ ਨੂੰ ਕਿਸ ਤਰ੍ਹਾਂ ਦੀ ਤਕਲੀਫ ਹੈ ਤਾਂ ਸਾਨੂੰ ਆ ਕੇ ਇੱਥੇ ਦੱਸੋ ਕਚਹਿਰੀ 'ਚ। ਉੱਧਰੋਂ ਬਾਂਦੀ ਨੇ ਆਪਦੇ ਮੁੰਡਾ ਸਿਕਿਆ ਤਾ ਵੀ ਤੂੰ ਐਂ ਕਹੀ ਵੀ ਜੀ ਸਾਡੇ ਹੋਰ ਸਾਰਾ ਕੁਛ ਹੈ, ਵੀ ਸਾਡੇ ਸਿਰਫ ਇੱਕ ਦੁੱਧ ਨਹੀਂ ਹੈਗਾ। ਅਤੇ ਕਹਿੰਦੀ ਚੰਗਾ। ਉਹਨੇ ਭਾਈ ਬਾਂਦੀ ਨੇ ਆਪਦਾ ਮੁੰਡਾ ਸਿਕਾ ਤਾ, ਉੱਧਰੋਂ ਰਾਜ ਨੂੰ ਸਿਕਾ ਤਾ। ਜਦੋਂ ਉਹਨੇ ਭਾਈ ਕਿਹਾ, ਕਹਿੰਦਾ ਭਾਈ ਐਂ ਕਰਾਂ, ਬਾਂਦੀ ਦਾ ਮੁੰਡਾ ਵੀ ਆ ਗਿਆ ਕਚਹਿਰੀ 'ਚ, ਉਹ ਵੀ ਆ ਗਿਆ, ਉਹ ਅੰਨਾ ਤੇ ਰਾਜਾ ਉਹਨੂੰ ਕਢਾਈ ਦਿੰਦਾ ਤੀ ਕੁਛ, ਜਿੱਥੇ ਦੀ ਕੁਰਸੀ ਡਾਹਤੀ ਡਾਹਤੀ। ਉਹ ਕਹਿੰਦਾ ਭਾਈ ਐਂ ਕਰੋ, ਕੁਰਸੀ ਦਾ ਮੂੰਹ ਪਰਚਾ ਕਿ ਨਾ ਕਰੋ, ਮੇਰਾ ਦੂਜੇ ਪਾਸੇ ਕਰ ਦਿਓ। ਕਹਿੰਦਾ ਕਿਉਂ? ਕਹਿੰਦਾ ਖਜ਼ਾਨਕੀ ਤਾਂ ਇਹ ਆ ਨਾ। ਉਹਨੇ ਭਾਈ ਖੜਾ ਹੋ ਕੇ ਰਾਜੇ ਦੇ ਮੁੰਡੇ ਨੇ ਕਿਹਾ ਉਹਨੂੰ, ਅੰਨੇ ਨੇ, ਕਹਿੰਦਾ ਲੈ ਭਾਈ ਪਰਜਾ ਦਾ ਕੋਈ ਦੁੱਖ ਦਿਖਲੀ ਪਾ ਤੂੰ ਸੁਣ, ਅਤੇ ਲਿਖੇ ਲਵੇ ਸੱਦ ਲੈ ਲਿਖਣ ਵਾਲਾ ਜਿਹੜਾ ਲਿਖਦਾ ਹੁੰਦਾ, ਉਹਨੂੰ ਕਿਹੜਾ ਦਿੰਦਾ ਤੀ ਵਿਚਾਰੇ ਨੂੰ। ਉਹ ਕਹਿੰਦਾ ਭਾਈ ਜਿਹੜੀਆਂ ਗੱਲਾਂ ਕਰੂੰ ਲਿਖ ਲਈ। ਕਹਿੰਦਾ ਚੰਗਾ। ਕਹਿੰਦਾ ਵੀ ਦੱਸੋ ਕੀ ਤਕਲੀਫ ਹੈ? ਬਾਂਦੀ ਦਾ ਮੁੰਡਾ ਉੱਠ ਖੜਿਆ, ਕਹਿੰਦਾ ਜੀ ਸਾਡੇ ਹੋਰ ਤਾਂ ਸਾਰਾ ਕੁਛ ਹੈਗਾ, ਵੀ ਸਾਡੇ ਦੁੱਧ ਬਾਅਦ ਨਹੀਂ ਹੈਗਾ ਘਰੇ। ਉਹ ਕਹਿੰਦਾ ਭਾਈ ਆਪਣੇ ਤਬੇਲੇ 'ਚੋਂ ਲੈ ਜਾ ਜਿਹੜਾ ਕੁਛ ਲਿਆਉਣਾ। ਉਹ ਕਹਿੰਦਾ ਜੀ ਲਿਖ ਦਿਓ। ਉਹਨੇ ਲਿਖਤਾ, ਇਹ ਤਾਂ ਹੋਰ ਉੱਠ ਖੜਿਆ। ਕਹਿੰਦਾ ਕਹਿੰਦਾ ਜੀ ਊਂ ਤਾਂ ਸਾਰਾ ਕੁਛ ਸਰਦਾ, ਕਰ ਕਹਿੰਦਾ ਜਵਾਕ ਭੁੱਖੇ ਪੈਂਦੇ ਨੇ, ਹੁਣ ਅੰਨ ਪਾਣੀ ਨਹੀਂ ਮਿਲਦਾ ਜਵਾਕਾਂ ਨੂੰ। ਉਹ ਕਹਿੰਦਾ ਭਾਈ ਆਪਣੇ ਨਾਜ ਮੰਤਰੀ ਨੂੰ ਕੱਲ ਕਰੋ, ਉਹਦੇ ਤੋਂ ਲੈ ਜਿਹੜਾ ਕੁਛ ਲਿਆਉਣਾ। ਉਹ ਕਹਿੰਦਾ ਜੀ ਲਿਖ ਦਿਓ। ਲਿਖ ਲਿਆ, ਜਦੋਂ ਸਾਰੀਆਂ ਗੱਲਾਂ ਲਿਖੀ ਗਿਆ, ਅੰਨਾ ਨੇ ਕੁਰਸੀ ਛੱਡਤੀ, ਖੜਾ ਹੋ ਗਿਆ। ਅੰਨਾ ਕਹਿੰਦਾ ਕਾਪੀ ਫੜਾ ਭਾਈ ਮੈਨੂੰ, ਜਿਹਤੇ ਲਿਖਿਆ ਤੈਂ। ਫੜ ਲਿਆ, ਕਾਪੀ ਫੜ ਲਈ। ਬਾਂਦੀ ਦੇ ਮੁੰਡੇ ਨੂੰ ਕਹਿੰਦਾ ਮਾਂਗਲੇ ਪਾਸੇ ਕਰਕੇ, ਕਹਿੰਦਾ ਦੇਖ ਇਹਦੇ ਉੱਤੇ ਲਿਖਿਆ। ਉਹਨੇ ਲਿਖਿਆ ਕੁਛ ਵੀ ਨਾ। ਕਹਿੰਦਾ ਜੀ ਇਹਦੇ ਤਾਂ ਕੋਈ ਲਿਖਿਆ ਨਹੀਂ। ਕਹਿੰਦਾ ਬਸ ਫਿਰ, ਜਿਹਦੇ ਤਾਂ ਕੁਛ ਲਿਖੀ ਨਹੀਂ ਤਾਂ ਤੂੰ ਲੈਵੇਂਗਾ ਕੀ ਤੂੰ? ਕਹਿੰਦਾ ਮੈਂ ਤਾਂ ਖੋਨੇ, ਤੁਸੀਂ ਅਕਲ ਦੇ ਵੀ ਹੁੰਦੇ ਹੋ। ਕਹਿੰਦਾ ਕਿਉਂ? ਕਹਿੰਦਾ ਅਕਲ ਦਿੰਦੇ ਹੋ ਤੁਸੀਂ? ਤੁਸੀਂ ਮੰਗਿਆ ਮੰਗੀ ਤਾਂ ਮੰਗੀ ਤਾਂ ਜਾਂਦੇ, ਤੁਹਾਨੂੰ ਉੱਠ ਕੇ ਲੈ ਕੇ ਤੁਰੋ ਇਹਨੂੰ ਨਾਲ, ਵੀ ਆ ਜਾ ਭਾਈ ਤੁਹਾਨੂੰ ਦਵਾ ਦੇ ਕਿੱਥੋਂ ਦਿੰਦਾ ਇਹ ਕਾਪੀ ਦੇ ਉੱਤੇ ਝੀਟ ਮਾਰ ਦਿੰਦਾ ਗਾਹਾਂ ਕੋਤਾ ਲਿਖਦਾ ਦੇਖਿਆ ਤੁਸੀਂ ਨੀ? ਕਹਿੰਦਾ ਦੇਖੋ ਕਾਪੀ ਦੇ ਉੱਤੇ ਲਿਖਿਆ ਕੁਛ? ਕਹਿੰਦਾ ਨਾ। ਕਹਿੰਦਾ ਇਹ ਆ ਸਿਆਹਤ, ਇਹ ਆ ਬੇਈਮਾਨਾ, ਧੋਖਾ। ਕਹਿੰਦਾ ਉਹ ਕਿਵੇਂ? ਕਹਿੰਦਾ ਆਉਣ ਵਾਲੇ ਸਮੇਂ 'ਚ ਹੋਇਆ ਕਰੂ, ਇਹ ਮੇਰਾ ਸਕਾ ਭਰਾ ਹੈ, ਮੇਰੇ ਨਾਲ ਧੋਖਾ ਕਰਦਾ, ਇਹ ਬੇਈਮਾਨਾ ਕਰਦਾ। ਇਹ ਕਹਿੰਦਾ ਅੱਜ ਨਹੀਂ, ਆਉਣ ਜਦ ਤੱਕ ਦੁਨੀਆ ਪਸੂ ਉਦੋਂ ਤੱਕ ਚੱਲੂ।
ਕਹਿੰਦਾ ਤੈਨੂੰ ਕੀ ਪਤਾ, ਕਹਿੰਦਾ ਤੂੰ ਦੱਸਤਾ। ਮੈਂ ਕਹਿੰਦਾ ਅੱਖੋਂ ਅੰਨਾ ਨੀ, ਅੱਖੋਂ ਮੈਂ ਸੁਨੱਖ ਹੈ ਪਰ ਦਿਮਾਗੋਂ ਉਹਨਾਂ ਤੀ। ਕਹਿੰਦਾ ਕਿਉਂ? ਕਹਿੰਦਾ ਮੈਂ ਦੇਖ ਰਿਹਾ ਸੀ ਸਾਰਾ ਕੁਛ, ਦੀਂਦਾ ਮੈਨੂੰ ਸਭ ਕੁਛ ਹੈ। ਕਹਿੰਦਾ ਪਰਮਾਤਮਾ ਦੀ ਅੱਖ ਇਹੀ ਜਿਹੀ ਹੋਈ ਹੈ ਮੇਰੇ, ਜਿਹੜੀ ਕਿਸੇ 'ਤੇ ਲੱਗੀ ਨਹੀਂ। ਕਹਿੰਦਾ ਮੇਰੀ ਅੱਖ ਲੱਖ ਹੈ ਅੰਦਰ। ਹੁਣ ਕੋਈ ਲਾਂਗੜੇ ਨੂੰ ਸੱਦ ਲਿਆ ਕੋਲੇ, ਉਹ ਕਹਿੰਦਾ ਬਾਈ, ਕਹਿੰਦਾ ਹਾਂ, ਕਹਿੰਦਾ ਮੈਂ ਤਾਂ ਸੁਣੀ ਤੀ ਕਹਾਵਤ, ਤਾਂ ਸੱਚ ਕਰਕੇ ਦਿਖਾਤਾ। ਕਹਿੰਦਾ ਕਿਵੇਂ? ਕਹਿੰਦਾ ਮੈਂ ਤਾਂ ਸੁਣੀਆਂ ਤੀ ਗੱਲਾਂ ਲੋਕਾਂ ਦੀਆਂ ਪਰਜਾ ਤੋਂ ਬਹਿ ਕੇ, ਵੀ ਭਾਈ ਭਾਈ ਦਾ ਬੈਰੀ ਬਣੂ। ਕਹਿੰਦਾ ਤਾਂ ਬਣ ਕੇ ਦਿਖਾਤਾ ਮੈਨੂੰ। ਕਹਿੰਦਾ ਕਿਵੇਂ? ਕਹਿੰਦਾ ਜਿਹੜੀ ਚੀਜ਼ ਮੈਂ ਬੋਲਿਆ ਤੂੰ ਲਿਖੀ ਨਾ। ਕਹਿੰਦਾ ਖਜ਼ਾਨੇ ਨਹੀਂ ਲਿਖਾਂ ਕਿੱਥੋਂ? ਕਹਿੰਦਾ ਖਜ਼ਾਨਾ ਤਾਂ ਆਪਣੇ ਕੋਲ ਇੰਨਾ ਤੇ ਜਦੋਂ ਪਿਤਾ ਨੇ ਰਾਜ ਦਿੱਤਾ, ਪਰ ਤੇਰੀ ਖਜ਼ਾਨੇ ਵਾਲੀ ਅੱਖ ਹੀ ਨਹੀਂ ਹੈਗੀ। ਕਹਿੰਦਾ ਕਿਉਂ? ਕਹਿੰਦਾ ਤੂੰ ਰੱਖਿਆ ਬੇਈਮਾਨਾ ਢਿੱਡ 'ਚ, ਮੈਂ ਆ ਦਿਲ ਦਾ ਸਾਫ, ਮੈਨੂੰ ਇੱਥੇ ਨਹੀਂ ਦਿੰਦਾ। ਤੂੰ ਤਾਂ ਉਰੇ ਦੇਖਦਾ ਧਰਤੀ, ਪਰ ਮੈਂ ਇਹ ਨਹੀਂ ਦੇਖਦਾ, ਮੈਂ ਪਰਮਾਤਮਾ ਦੇ ਚਰਨ ਦੇਖਦਾ ਵੀ ਉੱਥੇ ਢੂਈ ਨੇ ਮਿਲਣੀ ਆਪਾਂ ਨੂੰ ਜੇ ਬੇਈਮਾਨਾ ਕਰ ਲਿਆ। ਕਹਿੰਦਾ ਤੇ ਇੱਥੇ ਵਾਲੀ ਅੱਖ ਬੰਦ ਕਰ, ਉੱਥੇ ਵਾਲੀ ਖੋਲ੍ਹ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਇਹ ਬੇਈਮਾਨਾ ਨਾ ਕਿਸੇ ਨਾ ਕਰ, ਤੂੰ ਮੇਰੇ ਨਾਲ ਕਰਦਾ ਖੁਦ। ਅਤੇ ਕਹਿੰਦਾ ਫਿਰ ਐਂ ਕਰ, ਅੱਧ ਰਾਜ ਦੇ ਦੇ ਮੈਨੂੰ। ਕਹਿੰਦਾ ਰਾਤ ਤਾਂ ਸਾਰੀ ਤੇਰੇ, ਪਰ ਮੇਰੇ ਵਾਲੀ ਅੱਖ ਨਾ ਦੇਖੀ। ਉਹਨੇ ਭਾਈ ਇਹਨੇ ਇਹਨਾਂ ਨੂੰ ਰਾਜ ਛੱਡਤਾ ਲਾਂਗੜੇ ਨੂੰ, ਅਤੇ ਉਹ ਰਾਜ ਛੱਡਤਾ। ਭਾਈ ਉਹਦੀ ਮਾਂ ਕਹਿੰਦੀ ਭਾਈ ਇਹ ਕੀ ਕਰਿਆ ਤੈਂ, ਰਾਜ ਛੱਡ ਕੇ ਖੜਾ ਹੋ ਗਿਆ। ਕਹਿੰਦਾ ਮਾਂ ਰਾਜ ਨਹੀਂ ਛੱਡਿਆ ਮੈਂ। ਕਹਿੰਦੀ ਕਿਉਂ? ਕਹਿੰਦਾ ਮਾਂ ਪਿਓ ਦਾ ਤਿਲਕ ਦਿੱਤਾ ਹੋਇਆ, ਇਹਨੂੰ ਮੈਂ ਮੌਕਾ ਸੰਭਾਇਆ, ਦੇਖਦੇ ਵੀ ਕੀ ਕਰਦਾ। ਹੁਣ ਕੀ ਭਾਈ, ਦੋ ਕੁ ਮਹੀਨਿਆਂ 'ਚ ਤਾਂ ਭਰਗਲ ਗਿਆ। ਜਦੋਂ ਭਰਗਲ ਗਿਆ ਕਹਿੰਦਾ ਉਹ ਨਸ਼ਾ ਤਾਂ ਉਹਨੂੰ ਨਸ਼ਾ ਹੋ ਗਿਆ ਭਾਈ, ਅਮਲ ਹੋ ਗਿਆ ਉਹਦਾ ਪੈਸੇ ਦਾ, ਉਹ ਤਾਂ ਉਹੀ ਲੱਗ ਗਿਆ ਪਹਿਲਾਂ ਨਹੀਂ ਕਰਨ। ਉਹਨੇ ਸੱਦ ਲਿਆ ਇਹਨੇ ਕੋਲੇ, ਉਹ ਕਹਿੰਦਾ ਬਾਈ, ਕਹਿੰਦਾ ਹਾਂ, ਕਹਿੰਦਾ ਉਹਦੇ ਗੱਲ ਸੁਣ ਕੇ ਜਾ। ਕਹਿੰਦਾ ਦੱਸ। ਕਹਿੰਦਾ ਰਾਜ ਮੈਂ ਵੀ ਕਰਿਆ, ਰਾਜ ਪਿਓ ਨੇ ਵੀ ਕਰਿਆ, ਰਾਜ ਆਪਣੇ ਰਿਸ਼ਤੇਦਾਰ ਵੀ ਕਰਦੇ ਨੇ, ਕਿਉਂ ਰਾਜਿਆਂ ਦੇ ਰਾਜ ਹੀ ਹੁੰਦੇ ਨੇ, ਪਰ ਕਹਿੰਦਾ ਰਾਜ ਤੈਂ ਵੀ ਕਰਦਾ। ਕਹਿੰਦਾ ਦੋ ਮਹੀਨੇ ਹੋ ਗਏ ਤੈਨੂੰ ਰਾਜ ਗੱਦੀ ਸੰਭਾਈ ਨੂੰ ਕਿਤੇ, ਕਹਿੰਦਾ ਕਚਹਿਰੀ ਲਾਈ ਹੈ। ਕਹਿੰਦਾ ਕਚਹਿਰੀ ਤੋਂ ਕੀ ਕਰਾਉਣਾ? ਕਹਿੰਦਾ ਰਾਜਾ ਕਚਹਿਰੀ ਬਿਨਾਂ ਨਹੀਂ ਬਚਦਾ। ਗੱਲ ਸੁਣ ਲੈ, ਰਾਜਾ ਕਚਹਿਰੀ ਬਿਨਾਂ ਨਹੀਂ ਬਚਦਾ, ਕਹਿੰਦਾ ਸੁਭਾਅ ਬਿਨਾਂ ਨਹੀਂ ਬਚਦਾ। ਕਹਿੰਦਾ ਦੋ ਚੀਜ਼ਾਂ ਜ਼ਰੂਰੀ ਨੇ, ਗਧਾ ਸਵਾਹ 'ਚ ਅਤੇ ਰਾਜਾ ਰਾਜ 'ਚ। ਕਚਹਿਰੀ ਬਿਨਾਂ ਰਾਜ ਨਹੀਂ ਚੱਲਦਾ ਹੁੰਦਾ ਕਹਿੰਦਾ ਕਿਤੇ ਵਾਸਤੇ, ਪਰ ਤੂੰ ਰਾਜ ਦੇ ਲੈ ਕੇ ਨਹੀਂ ਫੜਾ ਰਹਾ ਤੇਰਾ ਤਿਰਕ, ਉਹਦੀ ਲਾ ਲੈ ਸਿਰ ਤੋਂ ਤਾਜ। ਉਹ ਕਹਿੰਦਾ ਇੱਕ ਗੱਲ, ਕਹਿੰਦਾ ਪਿਓ ਦਾ ਰਾਜ ਦਿੱਤਾ ਹੋਇਆ ਮੈਨੂੰ, ਜਦ ਤੱਕ ਮੈਂ ਚਾਹੁੰਦਾ ਮੇਰਾ, ਜਿੱਦੇ ਮੈਂ ਮਰ ਗਿਆ ਜਿਹੜਾ ਮਰਜ਼ੀ ਸਾਂਭ ਲੈ। ਕਹਿੰਦਾ ਇੱਕ ਗੱਲ, ਕਹਿੰਦਾ ਬਸ ਉਹਦੇ ਸਾਂਭ ਲਈ, ਤੂੰ ਰਾਜ ਦੇ ਲੈ ਕੇ ਨਹੀਂ ਚੱਕ।